ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗ 'ਤੇ। ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਵਧੀਆ ਹੋਵੋਗੇ। ਅਤੇ ਇਹ ਵੀਡੀਓ ਆਪਾਂ ਰਿਕੁਐਸਟਡ ਬਣਾਈ ਆ ਕਿਉਂਕਿ ਮੈਨੂੰ ਕਾਫੀ ਦੇਰ ਤੋਂ ਰਿਕੁਐਸਟ ਆ ਰਹੀ ਸੀਗੀ। ਤਾਂ ਪਲੀਜ਼ ਹੁਣ ਸਾਰੇ ਜਣੇ ਦੱਬ ਕੇ ਸ਼ੇਅਰ ਕਰ ਦਿਓ। ਵੀਡੀਓ ਜ਼ਿਆਦਾ ਲੰਬੀ ਵੀ ਨਹੀਂ ਬਣਾਈ ਆਪਾਂ ਨੇ, ਅਤੇ ਵੀਡੀਓ ਥੋੜ੍ਹੀ ਜਿਹੀ ਮਤਲਬ ਹੱਥ ਉੱਤੇ ਹਿੱਲਦਾ ਕੈਮਰਾ ਹਿੱਲਦਾ ਐਕਸੈਪਟ ਕਰ ਲਿਓ ਕਿਉਂਕਿ ਵੀਡੀਓ ਜੁਝਾਰ ਨੇ ਬਣਾਈ ਆ। ਇੱਥੇ ਮੈਨੂੰ ਕੈਮਰਾਮੈਨ ਦੀ ਲੋੜ ਸੀ ਤਾਂ ਵੀਡੀਓ ਬਣਨੀ ਸੀ, ਕੈਮਰਾਮੈਨ ਤੋਂ ਵਿਦਾਊਟ ਇਹ ਵੀਡੀਓ ਨਹੀਂ ਬਣ ਸਕਦੀ ਸੀ। ਟ੍ਰਾਈਪੋਡ 'ਤੇ ਲਾ ਕੇ ਵੀ ਵੀਡੀਓ ਨਹੀਂ ਬਣਦੀਗੀ ਕਿਉਂਕਿ ਫਿਰ ਪਤਾ ਨਹੀਂ ਲੱਗਦਾ ਵੀ ਆਪਾਂ ਕਿੱਧਰ ਕਿੱਧਰ ਜਾਣਾ, ਕੈਮਰਾ ਆਪਣੇ ਆਪ ਨਹੀਂ ਘੁੰਮਦਾ ਹੈਗਾ। ਅਤੇ ਪਲੀਜ਼ ਸਾਰੇ ਜਣੇ ਐਕਸੈਪਟ ਕਰ ਲਿਓ, ਠੀਕ ਆ ਜੀ। ਅਤੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ, ਅਤੇ ਚੈਨਲ 'ਤੇ ਪਹਿਲੀ ਵਾਰੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵੀਡੀਓ ਆਪਣੀ ਮਿਲਕਿੰਗ ਦੀ ਵੀਡੀਓ ਆ, ਫੁੱਲ ਮਿਲਕਿੰਗ, ਜਿੱਦਾਂ ਬਸ ਆਪਾਂ ਨੇ ਕੁਛ ਵੀ ਇਹਦੇ ਵਿੱਚੋਂ ਕੱਟ ਵੱਢ ਨਹੀਂ ਕੀਤਾ ਗਾ, ਜਿੱਦਾਂ ਆਪਣੀ ਮੱਝ ਖੜ੍ਹੀ, ਜਦੋਂ ਤੱਕ ਖੜ੍ਹੀ ਖੜ੍ਹੀ ਚੋਲੀ, ਜਦੋਂ ਤੱਕ ਉਹਨੇ ਲੱਤ ਨਹੀਂ ਮਾਰੀ ਉਦੋਂ ਤੱਕ ਮੈਂ ਚੋਂਦੀ ਰਹੀ, ਜਦੋਂ ਲੱਤ ਮਾਰ ਗਈ ਤਾਂ ਮੈਂ ਉੱਠ ਖੜ੍ਹੀ। ਇਹ ਮੱਝ ਦਾ ਸੁਭਾਅ ਇੱਦਾਂ ਦਾ ਇਹ ਆ ਵੀ ਜਦੋਂ ਤੱਕ ਵੀ ਮਤਲਬ ਇਹ ਖੜ੍ਹੀ ਆ ਤਾਂ ਇਹਨੇ ਖੜ੍ਹੀ ਰਹਿਣਾ, ਦੁੱਧ ਚੋਲੋ ਫਟਾਫਟ ਚੋਣਾ ਪੈਂਦਾ ਜਲਦੀ ਜਲਦੀ। ਅਤੇ ਜਦੋਂ ਇਹਨੇ ਲੱਤ ਚੱਕ ਲਈ ਵਾਪਸ, ਭਾਵੇਂ ਤੁਸੀਂ ਇਹਨੂੰ ਜੋ ਮਰਜ਼ੀ ਕਰ ਲਿਓ, ਇਹਨੇ ਬਾਲਟੀ ਨਹੀਂ ਥੱਲੇ ਰੱਖਣ ਦੇਣੀ, ਦੁੱਧ ਨਹੀਂ ਚੋਣ ਦੇਣਾ। ਅਤੇ ਕੱਟੀ ਆਪਣੀ ਹੋ ਗਈ ਆ 9 ਮਹੀਨਿਆਂ ਦੀ ਹੋ ਗਈ ਮਿੱਠੀ, ਕੱਟੀ ਨਹੀਂ ਕਹਿਣਾ ਹੈਗਾ ਮਿੱਠੀ। ਅਤੇ ਇਹਦੀ ਮੰਮਾ ਇਹਨੂੰ ਦੁੱਧ ਪਿਲਾਉਂਦੀ ਆ, ਇਹ ਆਪਣੇ ਹਰ ਇੱਕ ਬੱਚੇ ਨੂੰ ਜਦੋਂ ਤੱਕ ਮਤਲਬ ਵੀ ਦੁੱਧ ਦਿੰਦੀ ਆ ਅਤੇ ਦੁੱਧ ਪਿਲਾਉਂਦੀ ਆ ਆਪਣੇ ਬੱਚੇ ਨੂੰ ਇਹ ਦੁੱਧ। ਅਤੇ ਹੁਣ ਅਸੀਂ ਦੋਨੋਂ ਜਣੇ ਇਹਨੂੰ ਧੱਕਾ ਲਾ ਕੇ ਪਰੇ ਕਰਾਂਗੇ, ਅਤੇ ਫਿਰ ਮੈਂ ਫਿਰ ਹੁਣ ਮੈਂ ਧਾਰ ਚੋਣ ਲੱਗੂੰਗੀ ਕਿਉਂਕਿ ਬਹੁਤ ਜ਼ਿਆਦਾ ਜ਼ੋਰ ਹੁੰਦਾ, ਤੁਹਾਨੂੰ ਪਤਾ ਇਹ ਨਿਆਣਾ ਹੋਇਆ ਕਟਰੂ ਹੋਇਆ ਇਹਦੇ ਵਿੱਚ ਆਉਣਾ ਜ਼ੋਰ ਹੁੰਦਾ ਆ, ਨਹੀਂ ਖਿੱਚੀ ਜਾਂਦੀ ਕਿ ਇਕੱਲੇ ਬੰਦੇ ਤੋਂ। ਅਤੇ ਇੱਧਰੋਂ ਫਿਰ ਮੈਂ ਉਹਦੇ ਮੂੰਹ 'ਚੋਂ ਥਣ ਚੜਾ ਦਿੰਦੀ ਹਾਂ ਅਤੇ ਫਿਰ ਇਹ ਖਿੱਚ ਕੇ ਉਹਨੂੰ ਪਰੇ ਬੰਨ ਦਿੰਦੇ ਆ। ਅਤੇ ਹੁਣ ਮੈਂ ਧਾਰ ਚੋਊਂਗੀ ਅਤੇ ਮੱਖੀਆਂ ਵੀ ਬਹੁਤ ਆ ਅਤੇ ਮੱਛਰ ਵੀ ਦੁਬਾਰਾ ਹੋ ਗਿਆ। ਅਤੇ ਇੱਥੇ ਜੇ ਅਰਜੂ ਮਰੀ ਜਾ ਰਿਹਾ ਸੀ ਅਤੇ ਪਤਾ ਨਹੀਂ ਲੱਗਦਾ ਸੀ ਇਹਨੂੰ, ਮੈਨੂੰ ਤਾਂ ਆਪ ਨਹੀਂ ਸਮਝ ਲੱਗੀ ਵੀ ਇਹਨੇ ਵੀਡੀਓ ਕਿੱਦਾਂ ਬਣਾਤੀ, ਪਰ ਮੈਨੂੰ ਵੀਡੀਓ ਠੀਕ ਲੱਗੀ ਤਾਂ ਕਰਕੇ ਮੈਂ ਅਪਲੋਡ ਕਰਨ ਲੱਗੀ ਹਾਂ। ਅਤੇ ਐਕਸੈਪਟ ਕਰ ਲਿਓ ਅਤੇ ਫਿਰ ਕਿਸੇ ਦਿਨ ਆਪਾਂ ਵੀਡੀਓ ਬਣਾ ਦਾਂਗੇ ਤੁਹਾਡੇ ਲਈ, ਵਧੀਆ ਜੀ, ਇਸ ਤੋਂ ਵੀ ਜ਼ਿਆਦਾ ਵਧੀਆ। ਮਿਲਕਿੰਗ ਦੀ ਵੀਡੀਓ ਬਣਾਉਣੀ ਔਖੀ ਨਹੀਂ ਹੈਗੀ, ਕੈਮਰਾਮੈਨ ਚਾਹੀਦਾ ਹੁੰਦਾ। ਅਤੇ ਉਹਦੇ ਲਈ ਹੁਣ ਜਿੱਦਾਂ ਜੁਝਾਰ ਕੱਲ੍ਹ ਥੋੜ੍ਹਾ ਜਿਹਾ ਫ੍ਰੀ ਲੱਗਿਆ ਮੈਨੂੰ, ਮੈਂ ਤੋਂ ਪੁੱਛਿਆ ਵੀ ਤੂੰ ਫ੍ਰੀ ਹੈ, ਇਹ ਕਹਿੰਦਾ ਹਾਂ ਮੈਂ ਫ੍ਰੀ ਹਾਂ, ਵੀ ਮੇਰਾ ਸਾਰਾ ਹੋਮਵਰਕ ਹੋ ਗਿਆ। ਫਿਰ ਮੈਂ ਕਿਹਾ ਚੱਲ ਮੈਂ ਧਾਰ ਚੋਣੀ ਆ ਵੀ ਤੂੰ ਮੇਰੀ ਵੀਡੀਓ ਬਣਾ ਦੇ ਕਿਉਂਕਿ ਆਪਾਂ ਨੂੰ ਰਿਕੁਐਸਟ ਆ ਰਹੀ ਆ। ਅਤੇ ਫਿਰ ਮੈਂ ਵੀਡੀਓ ਬਣਾਈ ਅਤੇ ਰਿਕੁਐਸਟ ਵੀ ਹੈ ਨਾ ਕਾਫੀ ਦੇਰ ਤੋਂ ਤੁਸੀਂ ਕਹੀ ਜਾਂਦੇ ਸੀਗੇ ਮੈਨੂੰ ਨਾ, ਮਤਲਬ ਜਦੋਂ ਵੀ ਕਮੈਂਟਸ ਉਹਨਾਂ ਨੇ ਕਰਨਾ ਆ ਜਿਹੜੇ ਰਿਕੁਐਸਟ ਕੀ ਹੁੰਦੀ ਰਿਕੁਐਸਟ ਕਰਦੇ ਆ ਵੀ ਉਹਨਾਂ ਨੇ ਬਸ ਇਹੀ ਰਿਕੁਐਸਟ ਹੁੰਦੀ ਵੀ ਮਿਲਕਿੰਗ ਦਾ ਵਲੌਗ ਬਣਾਓ, ਮਿਲਕਿੰਗ ਦਾ ਵਲੌਗ ਬਣਾਓ। ਅਤੇ ਆਪਾਂ ਤੁਹਾਡੇ ਲਈ ਬਣਾਤੀ ਆ ਵੀਡੀਓ, ਠੀਕ ਆ ਜੀ। ਛੋਟੇ ਜਿਹੇ ਬੱਚੇ ਨੇ ਬਣਾਈ ਆ, ਜੁਝਾਰ ਨੇ ਬਣਾਈ ਆ, ਇਹ ਤੁਹਾਨੂੰ ਪਤਾ ਹੀ ਆ ਵੀ ਹੈ ਨਾ ਵੀ ਕੈਮਰਾਮੈਨ ਆਪਣਾ ਵਧੀਆ ਆ, ਵਧੀਆ ਆ, ਵਧੀਆ ਆ। ਅਤੇ ਲਓ ਜੀ ਤੁਹਾਨੂੰ ਜੂਮ ਮਾਰ ਮਾਰ ਕੇ ਵੀ ਦਿਖਾਈ ਜਾਂਦਾ ਆ ਵੀ ਕਿੱਦਾਂ ਮੰਮਾ ਮਿਲਕਿੰਗ ਕਰਦੇ ਆ। ਅਤੇ ਮੱਝ ਦੀ ਧਾਰ ਜਿਹੜੀ ਇੰਨੀ ਪੋਲੀ ਆ ਬਹੁਤ ਜ਼ਿਆਦਾ, ਅਤੇ ਮੱਝ ਦਾ ਸੁਭਾਅ ਵੀ ਬਸ ਤੁਹਾਨੂੰ ਪਤਾ ਹੀ ਆ ਵੀ ਕਿੱਦਾਂ ਦਾ ਹੈ ਨਾ, ਬਹੁਤ ਵਧੀਆ ਆ। ਚਲੋ ਦੁੱਧ ਦਿੰਦੀ ਆ, ਆਪਣਾ ਢਿੱਡ ਪਾਲਦੀ ਆ, ਹੈ ਨਾ ਆਪਣੀ ਰਸੋਈ ਚੱਲਦੀ ਆ, ਆਪਣਾ ਸਾਰਾ ਸਾਰਾ ਘਰ ਚੱਲਦਾ ਇਹਨਾਂ ਦੇ ਸਿਰ 'ਤੇ, ਹੈ ਨਾ ਇਹ ਇਹਨਾਂ ਤੋਂ ਬਿਨਾਂ ਆਪਾਂ ਕਸ ਜੋਗੇ ਨਹੀਂ ਹੈਗੇ। ਅਤੇ ਜਿੱਦਣ ਦੀ ਆਈ ਆ ਦੁੱਧ ਦਾ ਤਾਂ ਐਵੇਂ ਕਹੀਏ ਰੰਗ ਹੀ ਲਾਏ ਪਏ ਨੇ, ਬਹੁਤ ਵਧੀਆ ਆ। ਇਹ ਅਸੀਂ 2019 ਦੇ ਵਿੱਚ ਲਿਆਂਦੀ ਸੀਗੀ ਮੱਝ, ਅਤੇ ਵਧੀਆ ਦੁੱਧ ਦਿੰਦੀ ਆ। ਤੀਜਾ ਸੂਆ ਜਾਣੀ ਕਿ ਇਹਦਾ 2 ਸੂਏ ਆਪਣੇ ਕੋਲ ਦੇ ਤੇ, ਅਤੇ ਜਿਹੜੀ ਝੋਟੀ ਦੀ ਧਾਰ ਆਪਾਂ ਚੋਨੇ ਹੁੰਦੇ ਹਾਂ ਉਹ ਇਹਦੀ ਪਹਿਲੀ ਨਾਲ ਕੱਟੀ ਆਈ ਹੋਈ ਸੀਗੀ, ਹੁਣ ਆਪਣੇ ਕੋਲ ਜਾਣੀ ਕਿ ਇਹਦੇ 2 ਕੱਟੀਆਂ ਹੋ ਗਈਆਂ। ਇੱਕ ਆਪਣਾ ਸ਼ੀਨੂ ਸੀਗਾ, ਤੁਸੀਂ ਪਿਛਲੇ ਜਿਹੜਾ ਆਪਣਾ ਚੈਨਲ ਰਿਮੂਵ ਹੋ ਗਿਆ ਉਹਦੇ 'ਤੇ ਸ਼ੀਨੂ ਦੇਖਿਆ ਹੋਣਾ, ਅਤੇ ਹੁਣ ਆਪਾਂ ਉਹ ਵੇਚਤਾ। ਮੈਨੂੰ ਤਾਂ ਬਹੁਤ ਯਾਦ ਆਉਂਦੀ ਆ ਉਹਦੀ, ਬਹੁਤ ਮਿਸ ਕਰਦੀ ਹਾਂ ਮੈਂ ਸ਼ੀਨੂ ਨੂੰ।
ਬਹੁਤ ਜ਼ਿਆਦਾ, ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦਾ ਸੀ। ਮੇਰੀ ਗੋਦੀ 'ਚ ਵੜ ਕੇ ਸੌਂ ਜਾਂਦਾ ਸੀਗਾ, ਘਰਾੜੇ ਮਾਰਨ ਲੱਗ ਜਾਂਦਾ ਸੀ ਮੇਰੀ ਗੋਦੀ 'ਚ ਪੈ ਕੇ। ਅਤੇ ਫਿਰ ਚਲੋ ਤੁਹਾਨੂੰ ਪਤਾ ਹੀ ਆ ਵੀ ਜਦੋਂ ਵੱਡੇ ਹੋ ਜਾਂਦੇ ਆ ਹੈ ਨਾ, ਫਿਰ ਵੇਚਣੇ ਵੀ ਪੈਂਦੇ ਆ, ਫਿਰ ਆਪਣੇ ਜਗ੍ਹਾ ਦੀ ਵੀ ਕਮੀ ਆ, ਨਹੀਂ ਤਾਂ ਆਪਾਂ ਰੱਖੇ ਲੈਂਦੇ ਹੈ ਨਾ, ਅਤੇ ਬੱਚੇ ਤਾਂ ਵੇਚਣ ਨਹੀਂ ਸੀ ਦਿੰਦੇ। ਫਿਰ ਚਲੋ ਕੋਈ ਗੱਲ ਨਹੀਂ, ਮਜਬੂਰੀ ਹੋ ਜਾਂਦੀ ਆ, ਫਿਰ ਹੁਣ ਕੀ ਕਰੀਏ ਹੈ ਨਾ। ਅਤੇ ਲਓ ਜੀ, ਧਾਰ ਆਪਾਂ ਚੋਈ ਜਾਂਦੇ ਹਾਂ। ਅਤੇ ਵੀਡੀਓ ਸਾਡੇ ਨਾਲ ਮੈਂ ਬਿਲਕੁਲ ਵੀ ਨਹੀਂ ਕੱਟੀ, ਵੀਡੀਓ ਜਿੱਦਾਂ ਜਿਹਾ ਨੇ ਬਣਾਈ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ। ਅਤੇ ਹੁਣ ਤੁਹਾਡਾ ਕੰਮ ਆ ਅੱਗੇ ਤੋਂ ਅੱਗੇ ਸ਼ੇਅਰ ਕਰਨਾ, ਠੀਕ ਹੈ ਜੀ। ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਅਤੇ ਚੈਨਲ 'ਤੇ ਪਹਿਲੀ ਵਾਰੀ ਉਹਨਾਂ ਨੇ ਚੈਨਲ ਨੂੰ ਬੈੱਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ, ਠੀਕ ਹੈ ਜੀ। ਅਤੇ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ, ਅਤੇ ਇੱਕ ਆਪਣਾ ਪਿਆਰਾ ਜਿਹਾ ਕਮੈਂਟਸ ਜ਼ਰੂਰ ਦੇ ਕੇ ਜਾਇਆ ਕਰੋ, ਬੈਡ ਕਮੈਂਟ ਨਾ ਕਰਿਆ ਕਰੋ, ਠੀਕ ਹੈ ਜੀ। ਬੈਡ ਕਮੈਂਟ ਕਰਨ ਨਾਲ ਹੈ ਨਾ ਬਹੁਤ ਜ਼ਿਆਦਾ ਦਿਲ ਦੁਖਦਾ ਆ, ਹੈ ਨਾ, ਵਧੀਆ ਨਹੀਂ ਲੱਗਦਾ ਹੈਗਾ ਵੀ ਇੱਦਾਂ ਦੀ ਵੀ ਦੁਨੀਆ। ਫਿਰ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਬੈਡ ਕਮੈਂਟ ਕਰਦਾ ਉਹਦੀ ਸੋਚ, ਉਹਦਾ ਸਾਰਾ ਕੁਛ ਹੀ ਪਤਾ ਲੱਗ ਜਾਂਦਾ ਇੱਕ ਕਮੈਂਟਸ ਦੇ ਵਿੱਚ। ਇੱਦਾਂ ਨਾ ਕਰਿਆ ਕਰੋ, ਕਮੈਂਟ ਸੋਹਣੇ ਸੋਹਣੇ ਕਰਿਆ ਕਰੋ ਵੀ ਜਿਹੜਾ ਬੰਦੇ ਨੂੰ ਮੋਟੀਵੇਸ਼ਨ ਮਿਲੇ। ਅਤੇ ਲਓ ਜੀ, ਮੱਝ ਨੇ ਮਾਰਤੀ ਲੱਤ, ਹੁਣ ਪੈਣ ਅਤੇ ਫਿਰ ਵੀ ਇਹ ਟਰਾਈ ਕਰਨਗੇ, ਹੈ ਨਾ। ਮੂਹਰੇ ਇਹਦੇ ਕੀ ਕਹਿੰਦੇ ਹੁੰਦੇ ਆ, ਤੁਸੀਂ ਕੀ ਕਹਿੰਦੇ ਹੋ? ਅਸੀਂ ਤਾਂ ਕਹਿੰਦੇ ਹੁੰਦੇ ਹਾਂ ਬਰੂਰਾ, ਅਸੀਂ ਕਹਿੰਦੇ ਹੁੰਦੇ ਹਾਂ ਬਰੂਰਾ ਭੁੱਕ ਲਓ, ਹੈ ਨਾ। ਅਤੇ ਨਹੀਂ, ਮੈਨੂੰ ਪਤਾ ਇਹ ਨਹੀਂ ਖੜਦੀ ਹੈਗੀ ਜਦੋਂ ਵੀ, ਮਤਲਬ ਮੈਂ ਬਥੇਰੀ ਵਾਰੀ ਟਰਾਈ ਕਰਿਆ ਅਤੇ ਹੁਣ ਮੈਂ ਨਹੀਂ ਟਰਾਈ ਕਰਦੀ ਦੁਬਾਰਾ। ਅਤੇ ਲਓ ਜੀ, ਦੁੱਧ ਮੈਂ ਭੁੱਲ ਕੇ ਚੱਲੀ ਸੀਗੀ ਕੈਨੀ 'ਚ ਪਾਉਣ, ਤਾਂ ਦੁੱਧ ਤਾਂ ਆਪਾਂ ਘਰੇ ਰੱਖਣਾ ਸੀ। ਅਤੇ ਇੱਥੇ ਆ ਗਈ ਮਿੱਠੀ, ਮਿੱਠੀ ਨਹੀਂ ਹੋਏ ਮਰੀ ਆ ਇਹ ਆਪਣੀ, ਮੈਨੂੰ ਤਾਂ ਇਹਨਾਂ ਦੇ ਨਾਵਾਂ ਦੇ ਵਿੱਚ ਵੀ ਭੁਲੇਖਾ ਪੈ ਜਾਂਦਾ, ਬਹੁਤ ਪਿਆਰ ਕਰਦੇ ਆ ਇਹਦੀਆਂ ਤਾਂ ਜ਼ਹਿਰ ਦੀਆਂ, ਤੁਸੀਂ ਗੱਲਾਂ ਸੁਣ ਲਓ। ਅਤੇ ਲਓ ਜੀ, ਇੱਥੇ ਮੈਂ ਪੈਰ ਧੋ ਲਏ ਅਤੇ ਵੀਡੀਓ ਹੋ ਗਈ।